ਕਦਾਚਿਤ ਨਹੀਂ ਸੀ ਸੋਚਿਆ ਕਿ ਅਜਿਹਾ ਕੁਛ ਵਾਪਰੇਗਾ, ਪਰ ਕਿਉਂ ਵਾਪਰਿਆ, ਕੀ ਕਾਰਨ ਸਨ, ਮੇਰਾ ਖਿਆਲ ਹੈ ਕਿ ਇਹਦੇ ਤੋਂ ਸਾਰੇ ਜਾਣੂ। ਕੋਈ ਵੀ ਪਾਰਟੀ ਜਾਂ ਕੋਈ ਵੀ ਲੀਡਰਸ਼ਿਪ ਕਦੇ ਨਹੀਂ ਚਾਹੁੰਦੀ ਹੁੰਦੀ ਕਿ ਆਪਣੇ ਕਿਸੇ ਆਗੂ ਦੇ ਵਿਰੁੱਧ ਉਹਨੂੰ ਕੋਈ ਕਾਰਵਾਈ ਕਰਨੀ ਪਵੇ। ਪਰ ਇਸ ਮਸਲੇ ਦੇ ਵਿੱਚ ਪਾਰਟੀ ਨੇ ਬੜੇ ਯਤਨ ਕੀਤੇ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਮਿਹਨਤ ਕੀਤੀ, ਬਹੁਤ ਤਰਲੇ ਮਾਰੇ, ਬਹੁਤ ਸਮਝਾਉਣ ਦਾ ਯਤਨ ਕੀਤਾ, ਔਰ ਸਾਰਾ ਸਾਰਾ ਦਿਨ ਥੱਕੇ ਹੋਣਾ ਅਤੇ ਦੋ ਦੋ ਢਾਈ ਸੌ ਕਿਲੋਮੀਟਰ ਚੰਡੀਗੜ੍ਹ ਜਾ ਕੇ ਫਿਰ ਸਾਡੇ ਸਤਿਕਾਰਯੋਗ ਕੈਰਮ ਸਾਹਿਬ ਨੂੰ ਲੱਭਣਾ, ਉਹਨਾਂ ਨਾਲ ਤਰਲਾ ਮਿੰਤ ਮਾਰਨੀ, ਔਰ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਇਹ ਕੋਸ਼ਿਸ਼ਾਂ ਚੱਲਦੀਆਂ ਰਹੀਆਂ। ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਦੇ ਬਾਵਜੂਦ ਵੀ ਸਾਡੇ ਸਤਿਕਾਰਯੋਗ ਕੈਰਮ ਸਾਹਿਬ ਨਹੀਂ ਹਟੇ। ਅਤੇ ਪਾਰਟੀ ਨੇ ਜਿਹੜਾ ਆ, ਦੇਖੋ ਜੇ ਮੈਨੂੰ ਉਮੀਦਵਾਰ ਬਣਾਇਆ ਤਾਂ ਪਾਰਟੀ ਨੇ ਬਣਾਇਆ, ਇਹ ਵੀ ਪਾਰਟੀ ਦਾ ਫੈਸਲਾ ਹੈ। ਔਰ ਭਾਵੇਂ ਕਿ ਮੇਰੇ ਵਰਗਾ ਵੀ ਕਦਾਚਿਤ ਨਹੀਂ ਚਾਹੁੰਦਾ ਜਾਂ ਹੋਰ ਵੀ ਸਾਰੇ ਨਹੀਂ ਚਾਹੁੰਦੇ ਕਿ ਪਾਰਟੀ ਦੇ ਵਿੱਚੋਂ ਸਾਨੂੰ ਕੋਈ ਅਜਿਹੀ ਕਾਰਵਾਈ ਕਰਨੀ ਪਵੇ, ਪਰ ਪਾਰਟੀ ਦਾ ਫੈਸਲਾ ਆ, ਉਹ ਸਾਰਿਆਂ ਨੂੰ ਸਿਰ ਮੱਥੇ ਮੰਨਣਾ ਚਾਹੀਦਾ। ਔਰ ਇਹ ਫੈਸਲਾ ਲੈਣਾ ਕੋਈ ਸੌਖਾ ਨਹੀਂ ਸੀ, ਕਿਉਂਕਿ ਜਿੱਥੇ ਪਾਰਟੀ ਦੀ ਸਾਂਝ ਹੈ, ਰਾਜਨੀਤਿਕ ਸਾਂਝ ਹੈ, ਸਭ ਤੋਂ ਵੱਡੀ ਗੱਲ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ, ਜਿਹੜਾ ਭੈਣ ਅਤੇ ਭਰਾ ਦਾ ਰਿਸ਼ਤਾ ਹੁੰਦਾ ਆ, ਇੱਕੋ ਇੱਕ ਭਣੋਈਆ, ਹਾਂਜੀ, ਉਹਦੇ ਵਿਰੁੱਧ ਕਾਰਵਾਈ ਕਰਨਾ, ਕਿੰਨਾ ਵੱਡਾ ਜਿਹੜਾ ਮਾਣ ਹੈ ਉਹਨੂੰ ਤਕੜਾ ਕਰਨਾ ਪਿਆ ਹੋਊਗਾ, ਕਿੰਨਾ ਵੱਡਾ ਘੁੱਟ ਭਰਨਾ ਪਿਆ ਹੋਊਗਾ। ਔਰ ਦਿਲ 'ਤੇ ਪੱਥਰ ਰੱਖ ਕੇ ਉਹਨਾਂ ਨੇ ਫੈਸਲਾ ਲਿਆ ਹੋਊਗਾ, ਪਰ ਉਹਨਾਂ ਨੇ ਸਤਿ ਸੁਖਬੀਰ ਸਿੰਘ ਬਾਦਲ ਨੇ ਰਿਸ਼ਤੇਦਾਰੀਆਂ ਤੋਂ, ਸਾਂਝਾਂ ਤੋਂ ਜਿਹੜਾ ਉੱਪਰ ਉਹ ਤਰਜੀਹ ਜਿਹੜੀ ਉਹਨਾਂ ਨੇ ਪਾਰਟੀ ਨੂੰ ਦਿੱਤੀ, ਜੋ ਉਹਨਾਂ ਦਾ ਫਰਜ਼ ਬਣਦਾ ਸੀ ਉਹ ਉਹਨਾਂ ਨੇ ਨਿਭਾਇਆ, ਅਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਉਹਨਾਂ ਨੇ ਇਹ ਜਿਹੜਾ ਕਦਮ ਹੈ ਆਪਣੇ ਨਜ਼ਦੀਕੀ ਰਿਸ਼ਤੇਦਾਰ ਅਤੇ ਪਾਰਟੀ ਦੇ ਸੀਨੀਅਰ ਲੀਡਰ ਦੇ ਵਿਰੁੱਧ ਉਹਨਾਂ ਦੀਆਂ ਗਤੀਵਿਧੀਆਂ ਦੇ ਕਾਰਨ ਜਿਹੜਾ ਹੈ ਹੋ ਚੁੱਕਿਆ। ਜੋ ਹੋ ਗਿਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ, ਤੁਸੀਂ ਵੀ ਸਾਰੇ ਕੋਸ਼ਿਸ਼ਾਂ ਕਰਦੇ ਰਹੇ ਜੀ ਪੁੱਟੀ ਵਾਲੇ, ਔਰ ਤੁਹਾਡੀ ਵੀ ਸਾਰਿਆਂ ਦੀ ਦਿਲੀ ਇੱਛਾ ਸੀਗੀ ਕਿ ਸਰਦਾਰ ਆਦੇਸ਼ ਪ੍ਰਤਾਪ ਸਿੰਘ ਅਜਿਹਾ ਕਦਮ ਨਾ ਚੁੱਕਣ ਕਿ ਪਾਰਟੀ ਉਮੀਦਵਾਰ ਦੀ ਵਿਰੋਧਤਾ ਕਰਨ। ਮੈਂ ਜੇ ਇਲੈਕਸ਼ਨ ਲੜ ਰਿਹਾ ਤਾਂ ਪਾਰਟੀ ਦੇ ਹੁਕਮ 'ਤੇ ਲੜ ਰਿਹਾ, ਔਰ ਮੈਨੂੰ ਤੁਸੀਂ ਸਾਰੇ ਜਾਣਦੇ ਜੀ, ਅਤੇ ਮੇਰੀ ਹੁਣ ਹੱਥ ਭਰ ਕੇ ਬੇਨਤੀ ਹੈ ਕਿ ਕਿਉਂਕਿ ਜਦੋਂ ਲੰਬਾ ਸਮਾਂ ਸਾਂਝਾ ਰਹੀਆਂ ਹੋਣ, ਪਿਆਰ ਹੁੰਦਾ ਹੈ,
ਔਰ ਇਕੱਠੇ ਵਿਚਰੇ ਹੁੰਦੇ ਹਾਂ ਅਤੇ ਮਹਿਸੂਸ ਵੀ ਹੁੰਦਾ। ਪਰ ਇੱਕ ਗੱਲ ਤੁਸੀਂ ਜ਼ਰੂਰ ਮਹਿਸੂਸ ਕਰੋਗੇ ਕਿ ਪਾਰਟੀ ਨੇ ਇੱਕ ਕਦਮ ਚਾਅ ਦੇ ਨਾਲ ਨਹੀਂ ਚੁੱਕਿਆ, ਇਹ ਕਦਮ ਬੜਾ ਮਜਬੂਰੀ ਬਸ ਅਤੇ ਪਾਰਟੀ ਦੀ ਬਿਹਤਰੀ ਵਾਸਤੇ ਚੁੱਕਿਆ। ਅਤੇ ਤੁਹਾਨੂੰ ਵੀ ਪਤਾ ਹੈ ਕਿ ਸਰਦਾਰ ਕੈਰੋ ਨੇ ਜੋ ਰਵੱਈਆ ਅਖਤਿਆਰ ਕੀਤਾ ਸੀ ਉਹ ਗਲਤ ਹੈ, ਪਰ ਤੁਸੀਂ ਵੀ ਕੋਸ਼ਿਸ਼ਾਂ ਕਰਦੇ ਰਹੇ ਅਤੇ ਆਓ ਹੁਣ ਇਲੈਕਸ਼ਨ ਜਿਹੜੇ ਆ ਉਹਦੇ 'ਚ ਚੰਦ ਦਿਨ ਰਹਿ ਗਏ ਨੇ ਅਤੇ ਰਲ ਕੇ ਆਪਾਂ ਉਹਨਾਂ ਤਾਕਤਾਂ ਨੂੰ ਜਿਹੜੇ ਤਾੜੀ ਮਾਰਦੇ ਨੇ ਹੱਸਦੇ ਨੇ ਉਹਨਾਂ ਨੂੰ ਭਾਂਜ ਦਈਏ, ਉਹਨਾਂ ਨੂੰ ਹਾਰ ਦਈਏ, ਉਹਨਾਂ ਨੂੰ ਸਬਕ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਪੱਟੀ ਦੇ ਵਿੱਚ ਵੀ ਬਹੁਤ ਮਜ਼ਬੂਤ ਹੈ ਔਰ ਸਾਰੇ ਜਿਹੜੇ ਵਰਕਰ ਨੇ ਉਹ ਵਫਾਦਾਰੀ ਦੇ ਨਾਲ ਪਾਰਟੀ ਦੇ ਨਾਲ ਖੜੋਤੇ ਨੇ। ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਮੈਨੂੰ ਅੱਧੀ ਰਾਤ ਵੇਲੇ ਵੀ ਯਾਦ ਕਰੋਗੇ ਮੈਂ ਤੁਹਾਡੇ ਦਰਮਿਆਨ ਹਾਜ਼ਰ ਹੋਊਂਗਾ। ਹੁਣ ਸਮੁੱਚਾ ਹੀ ਲੋਕ ਸਭਾ ਹਲਕਾ ਖਡੂਰ ਸਾਹਿਬ ਮੇਰਾ ਹੈ ਔਰ ਭਾਵੇਂ ਖੇਮ ਕਰਨ ਵਲਟੋਹੇ ਦੀ ਅਤੇ ਪੱਟੀ ਦੀ ਇਹਨੂੰ ਆਪਾਂ ਦੋ ਨਹੀਂ ਕਹਿ ਸਕਦੇ, ਇਹ ਇੱਕ ਹੀ ਹੈ। ਔਰ ਮੇਰੇ ਵਾਸਤੇ ਜਿਸ ਤਰ੍ਹਾਂ ਮੇਰਾ ਵਲਟੋਹਾ ਆ ਉਸੇ ਤਰ੍ਹਾਂ ਮੇਰੇ ਲਈ ਪੱਟੀ ਹੈ ਅਤੇ ਮੈਂ ਤੁਹਾਡੇ ਵਿੱਚ ਦੁੱਖ ਸੁੱਖ ਦਾ ਸਾਥੀ ਬਣ ਕੇ ਜੋ ਤੁਹਾਨੂੰ ਕਿਤੇ ਦਿਨੇ ਰਾਤ ਜਦੋਂ ਵੀ ਕਿਤੇ ਕੋਈ ਮੁਸ਼ਕਲ ਆਉਂਦੀ ਹੈ ਮੇਰੇ ਦਰਵਾਜ਼ੇ ਵੀ ਖੁੱਲ੍ਹੇ ਆ ਅਤੇ ਮੇਰੇ ਫੋਨ ਵੀ ਖੁੱਲ੍ਹੇ ਆ। ਆਓ ਆਪਾਂ ਅੱਗੇ ਵਧੀਏ, ਡਟ ਕੇ ਮਿਹਨਤ ਕਰੀਏ ਅਤੇ ਇਹਨਾਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਬਾਕੀ ਹਲਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤ ਰਿਹਾ ਆ ਅਤੇ ਪੱਟੀ ਹਲਕੇ 'ਚੋਂ ਵੀ ਜਿਹੜਾ ਪੰਥ ਦਾ ਗੜ ਰਿਹਾ ਆ ਸ਼੍ਰੋਮਣੀ ਅਕਾਲੀ ਦਲ ਦਾ ਗੜ ਰਿਹਾ ਆ ਉੱਥੋਂ ਵੀ ਆਪਾਂ ਜਿਹੜਾ ਆ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੀਏ। ਮੈਂ ਸਾਰੇ ਵਰਕਰਾਂ ਨੂੰ, ਸਮੂਹ ਆਗੂ ਸਾਹਿਬਾਨ ਨੂੰ, ਸਮੂਹ ਸਮਰਥਕਾਂ ਨੂੰ ਔਰ ਸਮੂਹ ਪੱਟੀ ਹਲਕੇ ਦੇ ਵੋਟਰਾਂ ਨੂੰ ਮੈਂ ਸੱਦਾ ਦੇਣਾ ਆ ਕਿ ਮੇਰਾ ਇੱਕ ਨਿਮਾਣੇ ਦਾ ਔਰ ਜਿਹਨੇ ਹਮੇਸ਼ਾ ਹੀ ਸੱਚੀ ਅਤੇ ਸੁੱਚੀ ਰਾਜਨੀਤੀ ਕੀਤੀ ਹੈ ਅਤੇ ਇੱਕ ਨਿਮਰ ਤਰੀਕੇ ਦੇ ਨਾਲ ਲੋਕਾਂ ਵਿੱਚ ਵਿਚਰੇ ਹੈ ਅਤੇ ਪਰ ਕੰਮ ਜਿਹੜੇ ਨੇ ਹਮੇਸ਼ਾ ਹੀ ਉਹ ਧਾਕੜ ਪੁਣੇ ਨਾਲ ਕੀਤੇ ਨੇ, ਡੱਟ ਕੇ ਕੀਤੇ ਨੇ, ਲੱਤ ਗੱਡ ਕੇ ਕੀਤੇ ਨੇ। ਆਓ ਰਲ ਕੇ ਚੱਲੀਏ ਅਤੇ ਪੱਟੀ ਹਲਕੇ 'ਚ ਵੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੀਏ। ਮੇਰੇ ਨਾਲ ਸੰਪਰਕ ਕਰੋ, ਸਾਰਿਆਂ ਕੋਲ ਨੰਬਰ ਹੈਗੇ ਨੇ ਅਤੇ ਜਿਹੜੇ ਜਿਹੜੇ ਵੀ ਸੱਜਣ ਅੱਜ ਤੱਕ ਘਰੋਂ ਘਰ ਬੈਠੇ ਸੀਗੇ ਕਿਸੇ ਕਾਰਨ ਕਰਕੇ ਉਹ ਸਾਰੇ ਸਰਗਰਮੀ ਦੇ ਨਾਲ ਕੰਮ ਕਰਨ, ਇੰਨੀਆਂ ਬੇਨਤੀਆਂ ਕਰਦਾ ਹੋਇਆ ਕਿ ਮੈਂ ਦੱਸ ਚੁੱਕਿਆ।